ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਤੋਂ ਆਪਣੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ। ਅੱਜ ਤੋਂ ਬੈਠਕਾਂ ਦਾ ਦੌਰ ਸ਼ੁਰੂ ਹੋਇਆ। ਸਾਡੇ ਨਾਲ ਇਸੇ ਬਾਰੇ ਗੱਲ ਕਰਨ ਲਈ ਹੈਗੇ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਜੀ। ਕਾਂਗੜ ਜੀ ਨਾਲ ਗੱਲ ਕਰਦੇ ਹਾਂ। ਕਾਂਗੜ ਸਾਹਿਬ, ਅੱਜ ਦੀ ਜਿਹੜੀ ਮੀਟਿੰਗ ਸੀਗੀ, ਕਿੰਨੀ ਤੁਸੀਂ ਅਹਿਮ ਮੰਨਦੇ ਹੋ? ਕਿਉਂਕਿ ਹਲੇ ਬਜਟ ਸੈਸ਼ਨ ਆਉਣ 'ਚ ਟਾਈਮ ਹੈ, ਲੇਕਿਨ ਜਿਸ ਵੇਲੇ ਮੀਟਿੰਗ ਬੁਲਾਈ ਗਈ ਹੈ ਉਸ ਵੇਲੇ ਤੁਹਾਡੇ ਹੀ ਪਾਰਟੀ ਦੇ ਕੁਛ ਵਿਧਾਇਕਾਂ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ। ਕੀ ਟਾਈਮਿੰਗਸ ਦੇ ਉੱਤੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਵਿਧਾਇਕਾਂ ਨੇ ਜਿਸ ਤਰੀਕੇ ਦੀ ਆਵਾਜ਼ ਚੱਕੀ ਹੈ ਉਹ ਜਾਇਜ਼ ਆਵਾਜ਼ ਚੱਕੀ? ਨਹੀਂ ਨਹੀਂ, ਵੇਖੋ, ਕੋਈ ਵਿਧਾਇਕਾਂ ਨੇ ਕੋਈ ਆਵਾਜ਼ ਨਹੀਂ ਚੱਕੀ, ਬਿਲਕੁਲ ਗਲਤ ਗੱਲ ਹੈ। ਜਿਹੜੀ ਵੀ ਕੋਈ ਪਾਰਟੀ ਦੀ ਮੀਟਿੰਗ ਹੁੰਦੀ ਉਹ ਐਵੇਂ ਹੀ ਹੁੰਦੀ ਹੈ। ਅੱਜ ਸਪੈਸ਼ਲ ਮੀਟਿੰਗ ਜੋ ਆਉਣ ਵਾਲਾ ਬਜਟ ਹੈ, ਸਾਰੇ MLA ਸਾਹਿਬਾਨ ਮੰਤਰੀ ਸਾਹਿਬਾਨ ਬੈਠੇ ਸੀ, ਉਹਨਾਂ ਦੀਆਂ ਆਪਦੇ ਹਲਕੇ ਦੀਆਂ ਡਿਵੈਲਪਮੈਂਟ ਵਾਸਤੇ ਪ੍ਰਪੋਜ਼ਲਾਂ ਮੰਗੀਆਂ ਸੀ, ਤੁਸੀਂ ਕੀ ਕਰਨਾ ਚਾਹੁੰਦੇ ਆਪਦੇ ਇਲਾਕਿਆਂ ਦੇ ਵਿੱਚ, ਕਿਉਂ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਸਰਪੰਚਾਂ ਦੀਆਂ ਇਲੈਕਸ਼ਨਾਂ ਹੋ ਚੁੱਕੀਆਂ, ਹੁਣ ਅਸੀਂ ਡਿਵੈਲਪਮੈਂਟ ਦੇ ਮਤਲਬ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਡਿਵੈਲਪਮੈਂਟ ਕਰਨੀ ਹੈ, ਉਹਨੂੰ ਅਸੀਂ ਆਪਦੀ ਫਾਈਨਲ ਟੱਚ ਦੇਣ ਵਾਸਤੇ ਜਿਹੜੀਆਂ ਸਾਡੀਆਂ ਪ੍ਰਪੋਜ਼ਲਾਂ ਮੰਗੀਆਂ ਵੀ ਜਿਹੜਾ ਅਸੀਂ ਬਜਟ ਦੇ ਵਿੱਚੋਂ ਪੈਸਾ ਰੱਖ ਸਕੀਏ, ਇਹ ਗੱਲਾਂ ਸੀ ਪਾਰਟੀ। ਪਰ ਤੁਹਾਡੇ ਜਿਹੜੇ ਸਾਥੀ ਵਿਧਾਇਕ ਹੈ, ਤੁਸੀਂ ਉਹਨਾਂ ਦੀ ਗੱਲ ਨੂੰ ਕਿੰਨਾ ਜਾਇਜ਼ ਮੰਨਦੇ? ਨਹੀਂ, ਵੇਖੋ, ਕੋਈ ਮਾੜੀ ਮੋਟੀ ਹੋ ਸਕਦੀ ਹੈ ਗੱਲ, ਕੋਈ ਐਸੀ ਗੱਲ ਨਹੀਂ ਵੀ ਕਿਸੇ ਸਾਡੇ ਪਾਰਟੀ ਦੇ ਅੰਦਰ ਵਿੱਚ ਕੋਈ ਫਰਕ ਹੈ ਕਿਸੇ ਗੱਲ ਦਾ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਮਤਲਬ ਮੰਨਦੇ ਹੋ ਤੁਸੀਂ ਕਿ ਅਫਸਰਾਂ ਦੇ ਨਾਲ ਜਿਹੜੀ ਨਾਰਾਜ਼ਗੀ ਹੈ ਉਹ ਲਗਾਤਾਰ ਦੇਖਣ ਨੂੰ ਮਿਲਦੀ? ਕੋਈ ਪਹਿਲਾਂ ਵਾਕਿਆ ਨਹੀਂ ਕਿ ਜਦੋਂ ਕਿਸੇ MLA ਵੱਲੋਂ ਇਸ ਤਰ੍ਹਾਂ ਦੀ ਅਫਸਰਾਂ ਦੇ ਖਿਲਾਫ ਕੋਈ ਆਵਾਜ਼ ਚੱਕੀ ਗਈ ਹੈ? ਪਹਿਲਾਂ ਵੀ ਕਾਫੀ ਆਵਾਜ਼ ਚੱਕੀ ਗਈ ਹੈ, ਤੁਹਾਨੂੰ ਕੀ ਲੱਗਦਾ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ। ਕੋਈ ਵੇਖੋ, MLA ਸਾਹਿਬ ਆਪਣੇ ਇੱਜ਼ਤਦਾਰ ਆਪਣੇ ਸਰਕਾਰ ਦੇ ਵਿੱਚ ਨੇ, ਉਹਨਾਂ ਦੀ ਹਰੇਕ ਗੱਲ ਮੰਨੀ ਜਾਊਗੀ। ਜਿਹੜਾ ਕੋਈ ਅਫਸਰ ਕੋਈ ਇਹ ਉਹਨਾਂ ਦੀ ਗੱਲ ਨਾ ਮੰਨੂਗਾ ਉਹ CM ਸਾਹਿਬ ਦੇ ਧਿਆਨ 'ਚ ਲਿਆ ਕੇ, ਕੋਈ ਐਸੀ ਬਾਤ ਨਹੀਂ। ਕਿਹੜੇ ਕਿਹੜੇ ਮੁੱਦੇ 'ਤੇ ਬੇਸਿਕਲੀ ਚਰਚਾ ਹੋਈ ਹੈ? ਡਿਵੈਲਪਮੈਂਟ ਦੇ ਮੁੱਦੇ 'ਤੇ ਚਰਚਾ ਹੋਈ ਹੈ। ਆਉਣ ਵਾਲੇ ਸਮੇਂ 'ਚ ਅਸੀਂ ਪਿੰਡਾਂ 'ਚ, ਸ਼ਹਿਰਾਂ 'ਚ ਡਿਵੈਲਪਮੈਂਟ ਕਰਨੀ ਹੈ ਔਰ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ। ਲੋਕ ਸਭਾ ਚੋਣਾਂ ਵੀ ਕੋਈ ਜ਼ਿਆਦਾ ਦੂਰ ਨਹੀਂ ਹੈ, ਉਹਦੇ ਲਈ ਵੀ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਉਹਦੇ ਬਾਰੇ ਵੀ ਕੋਈ ਗੱਲਬਾਤ ਹੋਈ ਹੈ? ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਜਿਹੜਾ ਰਾਜਨੀਤਿਕ ਪਾਰਟੀਆਂ ਹੁੰਦੀਆਂ ਉਹਨਾਂ ਦੀ ਰਣਨੀਤੀ ਹਮੇਸ਼ਾ ਆਪਦੀ, ਉਹਨਾਂ ਦਾ ਧਿਆਨ ਹੀ ਵੋਟਾਂ ਵੱਲ ਹੁੰਦਾ। ਇਹ ਬੇਸ਼ੱਕ ਦੀ 2 ਮਹੀਨੇ ਦਾ, ਬੇਸ਼ੱਕ ਦੀ ਸਾਲ ਹੋਵੇ, ਹਮੇਸ਼ਾ ਸਾਡਾ ਧਿਆਨ ਹੀ ਜਿਹੜਾ ਹੈਗਾ ਵੋਟਾਂ ਨਾਲ ਹੁੰਦਾ। ਇਸ ਕਰਕੇ ਇਹਨੂੰ ਇਹ ਨਹੀਂ ਕੋਈ ਅਹਿਮ ਮੰਨਿਆ ਗਿਆ, ਇਹ ਰੂਟੀਨ ਦੀ ਸਾਡੀ ਮੀਟਿੰਗ ਸੀ। ਧੰਨਵਾਦ। ਬਿਲਕੁਲ, ਇਹ ਸੀਗੇ ਗੁਰਪ੍ਰੀਤ ਸਿੰਘ ਕਾਂਗੜ, ਜਿਨ੍ਹਾਂ ਨੇ ਸਾਫ਼ ਦੱਸਿਆ ਕਿ ਅਸੀਂ ਜਿਹੜੀ ਮੀਟਿੰਗ ਸੀਗੀ ਡਿਵੈਲਪਮੈਂਟ ਦੇ ਮੁੱਦੇ 'ਤੇ ਹੀ ਮੀਟਿੰਗ ਸੱਦੀ ਗਈ ਸੀ, ਅਤੇ ਅਗਲੇ 4 ਦਿਨਾਂ ਤੱਕ ਵੀ ਇਸ ਤਰ੍ਹਾਂ ਹੀ ਵਿਧਾਇਕਾਂ ਦੇ ਨਾਲ ਮੀਟਿੰਗਸ ਦਾ ਦੌਰ ਜਾਰੀ ਰਹੇ। ਹਾਲਾਂਕਿ ਇਹਨਾਂ ਵੱਲੋਂ ਇਹ ਵੀ ਸਾਫ਼ ਕਿਹਾ ਗਿਆ ਕਿ ਕੁਲਵੀਰ ਸਿੰਘ ਜ਼ੀਰਾ ਦਾ ਜਿਹੜਾ ਵਾਕਿਆ ਹੋਇਆ ਉਸਦੇ ਬਾਰੇ ਕਿਸੇ ਵੀ ਤਰੀਕੇ ਦੀ ਜ਼ਿਕਰ ਹੈ ਅੱਜ ਦੀ ਮੀਟਿੰਗ ਦੇ ਵਿੱਚ ਨਹੀਂ ਕੀਤੀ ਗਈ। ਚੰਡੀਗੜ੍ਹ ਤੋਂ ਕੈਮਰਾਮੈਨ ਅਦਿੱਤ ਗੁਪਤਾ ਦੇ ਨਾਲ ਅੰਕੁਸ਼ ਮਹਾਜਨ ਦੈਨਿਕ ਸਵੇਰਾ TV।